ਕਿਉਂਕਿ ਚੁਣਾਵ ਆ ਰਿਹਾ ਬਹੁਤ ਨਜ਼ਦੀਕ ਲੋਕਾਂ ਵਿੱਚ ਜਾ ਕੇ ਕਹਿਣ ਨੂੰ ਕੁਛ ਨਹੀਂ ਇਹਨਾਂ ਦੇ ਪਾਸ ਇਸ ਕਰਕੇ ਬਲੇਮ ਗੇਮ ਇਹਨਾਂ ਨੇ ਸ਼ੁਰੂ ਕਰਤੀ ਆ ਕਿਉਂਕਿ ਸਿੱਧੂ ਨੂੰ ਵੀ ਕਾਬੂ ਕਰਨ ਵਾਸਤੇ ਵਿਜੀਲੈਂਸ ਦਾ ਜਿਹੜਾ ਸਹਾਰਾ ਲਿਆ ਤਾਂ ਕਿਤੇ ਨਾ ਕਿਤੇ ਕੋਈ ਕਰਪਸ਼ਨ ਦੀ ਚਿੰਗਾਰੀ ਜਿਹੜੀ ਹੈਗੀ ਆ ਉਹ ਅੰਦਰੋਂ ਅੰਦਰ ਹੈ ਜਿਹਦਾ ਧੂੰਆਂ ਨਿਕਲ ਰਿਹਾ ਔਰ ਉਹਦੇ ਬਹਾਨੇ ਸਿੱਧੂ ਨੂੰ ਕੈਪਚਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਕੱਲ੍ਹ ਹੀ ਇੱਕ ਇੰਜੀਨੀਅਰ ਬੇਰੁਜ਼ਗਾਰ ਨੇ ਨਹਿਰ 'ਚ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ। ਕਿਸਾਨ ਜਿਨ੍ਹਾਂ ਨੂੰ ਝਾਂਸੇ ਦਿੱਤੇ ਗਏ ਸੀ ਕਿ ਸਾਡੇ ਕਰਜ਼ੇ ਮਾਫ਼ ਕਰਾਂਗੇ ਉਹ ਲਗਾਤਾਰ ਆਤਮ ਹੱਤਿਆ ਕਰ ਰਹੇ ਆ। 450 ਕਰੋੜ ਦੀ ਉਹ ਲੈਂਡ ਜਿਹੜੀ ਆ ਉਹ ਸਾਰੀ 45 ਕਰੋੜ ਦੇ ਵਿੱਚ ਦੇ ਦਿੱਤੀ ਗਈ ਜਿਸ ਲਈ ਰੌਲਾ ਪੈ ਗਿਆ ਖੱਪ ਪੈ ਗਈ। ਕੈਪਟਨ ਸਾਹਿਬ ਨੂੰ ਥਾਂ ਨਹੀਂ ਲੱਭਣੀ ਆਉਣ ਵਾਲੇ ਇਲੈਕਸ਼ਨਾਂ 'ਚ ਮੂੰਹ ਲੁਕਾਉਣ ਦੀ। ਝੂਠੀਆਂ ਸੌਂਹਾਂ ਖਾਧੀਆਂ ਜਿਹੜੀਆਂ ਗੁਟਕਾ ਸਾਹਿਬ ਦੀਆਂ ਉਹ ਭੁਗਤਣੀਆਂ ਪੈਣੀਆਂ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਤੁਸੀਂ ਦੇਖ ਰਹੇ ਹੋ ਸਾਝਾ ਟੀਵੀ, ਮੈਂ ਅਭਿਸ਼ੇਕ ਭਾਟੀਆ ਹੁਸ਼ਿਆਰਪੁਰ। ਇਸ ਵਕਤ ਪੰਜਾਬ ਦੇ ਵਿੱਚ ਕਾਂਗਰਸ ਦੇ ਵਿੱਚ ਕਾਟੋ ਕਲੇਸ਼ ਮਚਿਆ ਹੋਇਆ, ਜਿੱਥੇ ਗੱਲ ਕੀਤੀ ਜਾਵੇ ਨਵਜੋਤ ਸਿੱਧੂ, ਪ੍ਰਗਟ ਸਿੰਘ, ਤ੍ਰਿਪਤ ਸਿੰਘ ਬਾਜਵਾ ਅਤੇ ਪ੍ਰਤਾਪ ਸਿੰਘ ਬਾਜਵਾ ਦਾ ਲਗਾਤਾਰ ਕੈਪਟਨ ਅਮਰਿੰਦਰ ਸਿੰਘ ਦੇ ਹਮਲਾਵਰ ਹੋਏ ਹੋਏ ਨੇ। ਇਸ ਵਕਤ ਸਾਡੇ ਨਾਲ ਪੰਜਾਬ ਬੀਜੇਪੀ ਦੇ ਸੀਨੀਅਰ ਲੀਡਰ ਸ਼੍ਰੀ ਦੀਕਸ਼ਾ ਸੂਦ ਜੀ ਨਾਲ ਸਾਡੇ ਮੌਜੂਦ, ਉਹਨਾਂ ਨਾਲ ਗੱਲ ਕਰ ਲੈਂਦੇ, ਜਾਣ ਲੈਂਦੇ ਹਾਂ ਕਿ ਇਸ ਵਕਤ ਪੰਜਾਬ ਦੇ ਵਿੱਚ ਕਾਂਗਰਸ ਦੀ ਕੀ ਸਥਿਤੀ ਹੈਗੀ, ਉਹ ਇਸ ਟਾਈਮ ਬੀਜੇਪੀ ਕਿਸ ਤਰੀਕੇ ਨਾਲ ਉਹਨਾਂ ਨੂੰ ਦੇਖ ਰਹੀ ਹੈ। ਤੁਸੀਂ ਸਭ ਕਿਸ ਤਰੀਕੇ ਨਾਲ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਵਿੱਚ ਕਾਂਗਰਸ ਦਾ ਜਿਹੜਾ ਕਾਟੋ ਕਲੇਸ਼ ਮਚਿਆ ਹੋਇਆ? ਕਾਂਗਰਸ ਪੰਜਾਬ ਦੇ ਵਿੱਚ 2 ਫਾੜ ਹੋਣ ਦੇ ਕਗਾਰ 'ਤੇ ਆ ਜੋ ਅੱਜ ਦੀ ਸਥਿਤੀ ਆ, ਔਰ ਉਹਦਾ ਵੱਡਾ ਕਾਰਨ ਇਹ ਆ ਕਿ ਕਾਂਗਰਸ ਨੇ ਬਹੁਤ ਵੱਡੇ ਵੱਡੇ ਔਰ ਝੂਠੇ ਵਾਅਦੇ ਕੀਤੇ ਲੋਕਾਂ ਦੇ ਨਾਲ। ਜਦੋਂ 2017 ਦੇ ਵਿੱਚ ਚੁਣਾਵ ਹੋਣੇ ਸੀ ਉਹ ਵਾਅਦੇ ਪੂਰੇ ਨਹੀਂ ਹੋ ਸਕੇ ਔਰ ਸਾਰੇ ਲੋਕ ਜੋ ਹੈ ਇਹ ਆਪਣੀ ਮੌਜ ਮਸਤੀ ਦੇ ਵਿੱਚ, ਪੈਸੇ ਇਕੱਠੇ ਕਰਨ ਦੇ ਵਿੱਚ, ਭ੍ਰਿਸ਼ਟਾਚਾਰ ਦੇ ਵਿੱਚ ਲਿਪਤ ਰਹੇ ਔਰ ਹੁਣ ਕਿਉਂਕਿ ਚੁਣਾਵ ਆ ਰਿਹਾ ਬਹੁਤ ਨਜ਼ਦੀਕ ਲੋਕਾਂ ਵਿੱਚ ਜਾ ਕੇ ਕਹਿਣ ਨੂੰ ਕੁਛ ਨਹੀਂ ਇਹਨਾਂ ਦੇ ਪਾਸ, ਇਸ ਕਰਕੇ ਬਲੇਮ ਗੇਮ ਇਹਨਾਂ ਨੇ ਸ਼ੁਰੂ ਕਰਤੀ ਆ ਦਿਖਾਵੇ ਦੀ ਆ ਜਾਂ ਸੱਚੀ ਮੁੱਚੀ ਆ ਇਹ ਪਰਮਾਤਮਾ ਜਾਣੇ ਜਾਂ ਇਹ ਜਾਣਨ, ਪਰ ਬਹੁਤ ਜ਼ਿਆਦਾ ਇਹਨਾਂ ਦੇ ਵਿੱਚ ਰੌਲਾ ਪੈ ਗਿਆ। ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਚਾਹੇ ਇਹ ਉੱਪਰੀ ਤੌਰ 'ਤੇ ਬੇਅਦਬੀ ਨੂੰ ਮੇਨ ਮੁੱਖ ਮੁੱਦਾ ਬਣਾ ਕੇ ਗੱਲਬਾਤ ਕਰ ਰਹੇ ਆ, ਪਰ ਅੰਦਰੋਂ ਅੰਦਰੀ ਗੱਲ ਜਿਹੜੀ ਆ ਕਿ ਇਹ ਆਪਸ 'ਚ ਜੋ ਕਰਪਸ਼ਨ ਜੋ ਹੈ ਇੱਕ ਬੜਾ ਵੱਡਾ ਇਹਨਾਂ ਦੇ ਵਿਚਕਾਰ ਮੁੱਦਾ ਹੈ। ਕਿਉਂਕਿ ਸਿੱਧੂ ਨੂੰ ਵੀ ਕਾਬੂ ਕਰਨ ਵਾਸਤੇ ਵਿਜੀਲੈਂਸ ਦਾ ਜਿਹੜਾ ਸਹਾਰਾ ਲਿਆ ਤਾਂ ਕਿਤੇ ਨਾ ਕਿਤੇ ਕੋਈ ਕਰਪਸ਼ਨ ਦੀ ਚਿੰਗਾਰੀ ਜਿਹੜੀ ਹੈਗੀ ਆ ਉਹ ਅੰਦਰੋਂ ਅੰਦਰ ਹੈ ਜਿਹਦਾ ਧੂੰਆਂ ਨਿਕਲ ਰਿਹਾ ਔਰ ਉਹਦੇ ਬਹਾਨੇ ਸਿੱਧੂ ਨੂੰ ਕੈਪਚਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਜੇ ਪ੍ਰਗਟ ਸਿੰਘ ਉਹਨਾਂ ਦੀ ਗੱਲ ਕਰੀਏ, ਉਹਨਾਂ ਨੂੰ ਵੀ ਜੇ ਵਿਜੀਲੈਂਸ ਦਾ ਡਰ ਦਿਖਾਇਆ ਜਾ ਰਿਹਾ ਤਾਂ ਇਹ ਦਿਖਾਇਆ ਜਾ ਰਿਹਾ ਜੇ ਸੱਚੀ ਮੁੱਚੀ ਬਿਜ਼ਨਸ ਕੁਛ ਉਹਨਾਂ ਦੇ ਮਾਮਲੇ 'ਚ ਕੱਢ ਕੇ ਲਿਆਏਗੀ। ਔਰ ਸੁਖਜਿੰਦਰ ਸਿੰਘ ਰੰਧਾਵਾ ਜੀ ਨੂੰ ਸਾਰੀਆਂ ਓਪੋਜੀਸ਼ਨ ਪਾਰਟੀਆਂ ਕਹਿੰਦੀਆਂ ਰਹੀਆਂ ਇਹ ਗੈਂਗਸਟਰਾਂ ਨਾਲ ਇਹਨਾਂ ਦੇ ਸੰਬੰਧ ਆ ਔਰ ਜੇਲ੍ਹਾਂ ਦੇ ਵਿੱਚ ਜੋ ਕੁਛ ਹੋ ਰਿਹਾ ਉਹ ਓਬੀਅਸਲੀ ਕਰਪਟ ਮੀਨਸ ਵਾਸਤੇ ਹੁੰਦਾ ਹੈ। ਸਾਰਾ ਕੁਛ ਜੋ ਗਲਤ ਚੀਜ਼ਾਂ ਹੁੰਦੀਆਂ ਉਹ ਕਰਪਸ਼ਨ ਵਾਸਤੇ ਹੁੰਦੀਆਂ। ਅੱਜ ਉਹਨਾਂ ਦੀ ਜੇਲ੍ਹ ਦੀ ਫੋਟੋ ਜਿਹੜੀ ਆ ਰਿਲੀਜ਼ ਕਰ ਦੇਣਾ, ਲੀਕ ਕਰ ਦੇਣਾ, ਜਿੱਥੇ ਸ਼ਰਾਬਾਂ ਚੱਲ ਰਹੀਆਂ, ਐਸ਼ੋਰਸਤੀ ਹੋ ਰਹੀ ਆ। ਸੋ ਇਸੇ ਤਰ੍ਹਾਂ ਚੰਨੀ ਨੂੰ ਕਾਬੂ ਕਰਨ ਵਾਸਤੇ ਉਹ ਜਿਹੜੀ ਮਹਿਲਾ IAS ਆਫਿਸਰ ਦਾ ਜਿਹੜੀ ਕੰਪਲੇਂਟ ਸੀ ਉਹਨੂੰ ਮੁੜ ਸੁਰਜੀਤ ਕਰ ਲੈਣਾ 2-3 ਸਾਲ ਬਾਅਦ, ਇਹ ਸਾਰੀਆਂ ਗੱਲਾਂ ਤੋਂ ਇਹ ਸਾਬਤ ਹੁੰਦਾ ਕਿ ਕਾਂਗਰਸ ਪੂਰੀ ਤਰ੍ਹਾਂ ਪੰਜਾਬ ਦੇ ਵਿੱਚ ਫੇਲ ਹੋ ਗਈ ਆ, ਬਿਖਰ ਰਹੀ ਆ ਔਰ 2 ਫਾੜ ਹੋ ਰਹੀ ਆ। ਔਰ ਇਹ ਆਪਣੇ ਆਪ 'ਚ ਇੱਕ ਬਹੁਤ ਵੱਡਾ ਸਬੂਤ ਆ ਕਿ ਕਾਂਗਰਸ ਲੋਕਾਂ ਨੂੰ ਦੇ ਨਹੀਂ ਪਾਈ ਜੋ ਇੱਕ ਸਰਕਾਰ ਨੂੰ ਦੇਣਾ ਚਾਹੀਦਾ, ਜੋ ਉਹਨਾਂ ਦੇ ਵਾਅਦੇ ਸੀ। ਔਰ ਕਿਉਂਕਿ ਲਾਅ ਐਂਡ ਆਰਡਰ ਦੀ ਸਥਿਤੀ ਬਹੁਤ ਖਰਾਬ ਆ, ਇਸ ਲਈ ਭ੍ਰਿਸ਼ਟਾਚਾਰ ਜ਼ੋਰਾਂ 'ਤੇ ਆ, ਇੰਪਲੋਇਮੈਂਟ ਦਾ ਬੜਾ ਵੱਡਾ ਇਸ਼ੂ ਲਿਆ ਸੀ ਇਹਨਾਂ ਨੇ। ਕੱਲ੍ਹ ਹੀ ਇੱਕ ਇੰਜੀਨੀਅਰ ਬੇਰੁਜ਼ਗਾਰ ਨੇ ਨਹਿਰ 'ਚ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ। ਕਿਸਾਨ ਜਿਨ੍ਹਾਂ ਨੂੰ ਝਾਂਸੇ ਦਿੱਤੇ ਗਏ ਸੀ ਕਿ ਤੁਹਾਡੇ ਕਰਜ਼ੇ ਮਾਫ਼ ਕਰਾਂਗੇ ਉਹ ਲਗਾਤਾਰ ਆਤਮ ਹੱਤਿਆ ਕਰ ਰਹੇ ਆ। 4 ਹਫ਼ਤੇ ਦੇ ਵਿੱਚ ਨਸ਼ਾ ਖਤਮ ਕਰਨ ਦਾ ਜਿਹੜਾ ਇਹਨਾਂ ਨੇ ਵਾਅਦਾ ਕੀਤਾ ਸੀ ਉਹ ਨਸ਼ਾ ਤਾਂ ਬਹੁਤ ਵੱਧ ਗਿਆ, ਅੱਗੇ ਨਾਲੋਂ ਵੀ ਜ਼ਿਆਦਾ ਹੋ ਗਿਆ ਔਰ ਨਸ਼ੇ ਨਾਲ ਬੜੇ ਨੌਜਵਾਨ ਮਰ ਰਹੇ ਆ। ਔਰ ਘਰ ਘਰ ਨੌਕਰੀ ਦੇਣ ਦੀ ਗੱਲ ਕੀਤੀ ਸੀ ਉਹ ਨਹੀਂ ਪੂਰੀ ਹੋ ਰਹੀ।
बेकार बेरोजगारी पत्ता देना सीगा वह नहीं दिता गया। सो दलितों नूं बिजली फ्री देनी सी 300 यूनिट तक वह नहीं दिती गई, पेंशनां वधाणियां सीगियां वह नहीं वधियां। सो यह सारिया चीज़ों का एक कुमुलेटिव फैक्ट है कि जिन्हां दे जिहड़े एम एल ए हुण जनता च जाण तों घबराउंदे आ, उत्थे बोलांगे तां की बोलांगे, सारा भांडा वह कैप्टन ते सुट्टना चाहुंदे आ। और कैप्टन जिहड़ा हैगा वह अपने चहेतियां नूं बचा रहा है, तो जिहड़े उहदे ओपोनेंट कोई भी बोलदा उन्हां नूं इह पकड़ने की कोशिश करदे आ। और तुसीं देखो कि किड्डे वड्डे वड्डे एलीगेशन लगे हैगे आ धर्मसोत दे अगेंस्ट, उन्हें की किया एस सी विद्यार्थियों का वजीफा उहदा घोटाला किया, 78 करोड़ के करीब रकम जिहड़ी सी उहनां नूं मिली नहीं, वह विचों विचे खाती गई। और इंडस्ट्री डिपार्टमेंट जिहदे मंत्री सुंदर शाम अरोड़ा हैगे आ विशाख हुशियारपुर दे आ, पर वह भी इत्थे कई कलोनियां दे घपले घोटाले आ, उन्हां दे अपने डिपार्टमेंट दे विच इंडस्ट्री डिपार्टमेंट दे विच ही इनफोटैक दी इक लैंड जिहड़ी हैगी आ ਉਹ ਬਿਲਕੁਲ ਸਾਰੀਆਂ ਬੇਨੀਮੀਆਂ ਦੇ ਨਾਲ ਉਹਨਾਂ ਦੇ ਚਹੇਤੇ ਉਹਨਾਂ ਦੀ ਆਪਣੀ ਕੰਪਨੀ ਜਿਹੜੀ ਸੀ ਉਹਨਾਂ ਦੇ ਚਹੇਤਿਆਂ ਦੀ ਉਹਨੂੰ ਵੇਚ ਦਿੱਤੀ ਗਈ। 450 ਕਰੋੜ ਦੀ ਉਹ ਲੈਂਡ ਜਿਹੜੀ ਆ ਉਹ ਸਾਰੀ 45 ਕਰੋੜ ਦੇ ਵਿੱਚ ਦੇ ਦਿੱਤੀ ਗਈ। ਜਿਸ ਵੇਲੇ ਰੌਲਾ ਪੈ ਗਿਆ, ਖੱਪ ਪੈ ਗਈ, ਹੁਣ ਉਹ ਗੌਰਮੈਂਟ ਨੇ ਉਹ ਜਿਹੜੀ ਆ ਲੈਂਡ ਸੇਲ ਜਿਹੜੀ ਆ ਬਿੱਡ ਉਹ ਕੈਂਸਲ ਕੀਤੀ ਆ। ਔਰ ਮੰਤਰੀ ਅਰੋੜਾ ਜੀ ਉਹਨੂੰ ਕਲੀਨ ਚਿੱਟ ਦੇ ਰਹੇ ਸੀ ਵੀ ਨਹੀਂ ਬਿਲਕੁਲ ਠੀਕ ਹੋਇਆ ਜੋ ਕੁਛ ਹੋਇਆ। ਸੋ ਇਹ ਤੋਂ ਸਾਫ਼ ਜ਼ਾਹਰ ਹੈ ਕਿ ਇਹਨਾਂ ਦੇ ਮੰਤਰੀ ਜਿਹੜੇ ਆ ਭ੍ਰਿਸ਼ਟਾਚਾਰ ਦੇ ਵਿੱਚ ਗਲੋਬਲ ਨੱਕੋ ਨੱਕ ਡੁੱਬੇ ਪਏ ਆ। ਔਰ ਹੁਣ ਇਸ ਵੇਲੇ ਉਹ ਜਿੱਦਾਂ ਚੋਰੀ ਦਾ ਮਾਲ ਵੰਡਣੇ ਵਾਲਾ ਸਥਿਤੀ ਹੈਗੀ ਆ, ਚੋਰ ਲੜਦਾ ਹੀ ਉਦੋਂ ਆ, ਪਹਿਲਾਂ ਤਾਂ ਇਕੱਠੇ ਹੁੰਦੇ ਜਿਲ੍ਹੇ ਵੰਡਣੇ ਵਾਲਾ ਹੁੰਦਾ ਮਾਲ, ਉਸ ਵੇਲੇ ਹੁਣ ਅੱਜ ਜ਼ਿੰਮੇਵਾਰੀ ਲੈਣ ਨੂੰ ਕੋਈ ਤਿਆਰ ਨਹੀਂ ਆ। ਇਸ ਤਰੀਕੇ ਨਾਲ ਤੁਸੀਂ ਅੱਜ ਗੱਲਬਾਤ ਕੀਤੀ ਕਿ ਪੰਜਾਬ ਦੇ ਵਿੱਚ ਲਗਾਤਾਰ ਭ੍ਰਿਸ਼ਟਾਚਾਰ ਦਾ ਬੋਲਬਾਲਾ ਬੋਲ ਰਿਹਾ ਪਿਛਲੇ 4 ਸਾਲ ਤੋਂ। ਯਾਰ ਅੱਜ ਗੱਲ ਕੀਤੀ ਜਾਵੇ ਜਿਸ ਤਰੀਕੇ ਨਾਲ ਮੰਤਰੀ ਆਪਸ ਦੇ ਵਿੱਚ ਜਿਹੜਾ ਲੜ ਰਹੇ ਨੇ, ਜੇ ਤੁਸੀਂ ਸੁੰਦਰ ਸ਼ਾਮ ਅਰੋੜਾ ਦੀ ਗੱਲ ਕੀਤੀ ਆ ਉਹਦੇ ਆਪਣਾ ਜਿਹੜੇ ਧਰਮਸੋਤ ਉਹਨਾਂ ਦੀ ਗੱਲ ਕੀਤੀ ਕਿਉਂਕਿ ਉਹਨਾਂ ਦੇ ਕਰਪਸ਼ਨ ਦੇ ਚਾਰਜ ਲੱਗ ਚੁੱਕੇ, ਅੱਜ ਉਹ ਕੈਪਟਨ ਅਮਰਿੰਦਰ ਸਿੰਘ ਦੇ ਹੱਥ 'ਚ ਬੋਲ ਰਹੇ। ਜਿਹੜੇ ਇਸ ਚੀਜ਼ ਦੇ ਖਿਲਾਫ਼ ਬੋਲ ਰਹੇ ਉਹਨਾਂ 'ਤੇ ਬਿਜ਼ਨਸ ਦੀ ਜਾਂਚ ਦਾ ਡਰ ਪਾਇਆ ਜਾ ਰਿਹਾ, ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਕੈਪਟਨ ਸੰਦੀਪ ਸੰਧੂ ਵੱਲੋਂ। ਅੱਜ ਵੀ ਜੇ ਗੱਲ ਕੀਤੀ ਜਾਵੇ ਜੇ ਨਵਜੋਤ ਸਿੱਧੂ ਦੀ ਗੱਲ ਕੀਤੀ ਜਾਵੇ, ਜੇ ਕੱਲ੍ਹ ਉਹ ਬੀਜੇਪੀ ਦੇ ਵਿੱਚ ਆਉਣਾ ਚਾਹੁੰਦੇ ਤਾਂ ਬੀਜੇਪੀ ਪੰਜਾਬ ਉਹਨੂੰ ਬੀਜੇਪੀ 'ਚ ਲਏਗੀ ਨਵਜੋਤ ਸਿੰਘ ਸਿੱਧੂ ਨੂੰ? ਦੇਖੋ ਇਹ ਬਹੁਤ ਉੱਪਰਲੇ ਲੈਵਲ 'ਤੇ ਕੀਤੇ ਜਾਣ ਵਾਲਾ ਫੈਸਲਾ ਹੈਗਾ ਆ। ਇਹ ਜੇ ਉਹ ਨਵਜੋਤ ਸਿੱਧੂ ਕਹੇਗਾ ਮੈਂ ਬੀਜੇਪੀ ਜਾਣਾ, ਸਾਡੀ ਹਾਈ ਕਮਾਂਡ ਦੇਖੇਗੀ ਉਹਦੇ ਬਾਰੇ ਕੀ ਵਿਚਾਰ ਕਰਨਾ ਹੈਗਾ। ਅਤੇ ਇਹ ਵਿਸ਼ੇ ਜਿਹੜਾ ਹੈਗਾ ਇਹਦੇ ਬਾਰੇ ਮੈਂ ਕੋਈ ਕਮੈਂਟ ਕਰਾਂ ਉਹ ਵਾਜਬ ਨਹੀਂ ਹੈਗਾ, ਕਿਉਂਕਿ ਹਾਈ ਕਮਾਂਡ ਦਾ ਮਾਮਲਾ ਹੈ। ਜਿਹੜੀ ਪ੍ਰਗਟ ਸਿੰਘ ਨੂੰ ਕੱਲ੍ਹ ਧਮਕੀ ਦਿੱਤੀ ਉਹਨਾਂ ਵੱਲੋਂ, ਪੀ ਸੀ ਵੀ ਕੀਤੀ ਗਈ ਹੈ ਕਿ ਮੈਨੂੰ ਧਮਕੀਆਂ ਦਿੱਤੀਆਂ ਗਿਆ ਰਹੀਆਂ ਨਹੀਂ, ਤੇਰੇ ਜਿਹੜੇ ਚਿੱਠੇ ਖੋਲਾਂਗੇ ਉਸਨੂੰ ਕਿਸ ਤਰੀਕੇ ਨਾਲ ਦੇਖਦੇ? ਦੇਖੋ ਚੁਣਿਆ ਨੁਮਾਇੰਦਾ ਔਰ ਧਮਕੀ ਦਵਾਈ ਜਾ ਰਹੀ ਆ ਅਫਸਰ ਤੋਂ, ਆਪਣੇ ਸੈਕਟਰੀ ਤੋਂ ਕੈਪਟਨ ਅਮਰਿੰਦਰ ਸਿੰਘ ਵੱਲੋਂ, ਔਰ ਉਹਨਾਂ ਦੇ ਪਾਰਟੀ ਦੇ ਪ੍ਰਧਾਨ ਕਹਿੰਦੇ ਆ ਕਿ ਧਮਕੀ ਦਿੱਤੀ ਨਹੀਂ ਗਈ, ਅਤੇ ਕੋਈ ਕਹਿੰਦੇ ਆ ਇਨਕੁਆਇਰੀ ਹੋਣੀ ਚਾਹੀਦੀ ਆ ਧਮਕੀ ਦਿੱਤੀ ਗਈ ਕਿ ਨਹੀਂ। ਸੋ ਬੜਾ ਦੁਰਭਾਗਿਆਪੂਰਨ ਆ ਇੱਕ ਚੁਣੇ ਹੋਏ ਨੁਮਾਇੰਦੇ ਦੀ ਗੱਲ ਨੂੰ ਝੁਠਲਾ ਦੇਣਾ, ਆਪਣੀ ਹੀ ਪਾਰਟੀ ਦੇ ਚੁਣੇ ਹੋਏ ਨੁਮਾਇੰਦੇ ਦੀ ਗੱਲ ਨੂੰ ਝੁਠਲਾ ਦੇਣਾ। ਔਰ ਜੇ ਧਮਕੀ ਉਹ ਕਹਿੰਦੇ ਦਿੱਤੀ ਵੀ ਮੈਂ ਤੁਹਾਨੂੰ ਸਿੰਪਲੀ ਕਿਹਾ ਸੀਗਾ, ਸੋ ਹੁਣ ਉਹ ਸਾਰੀ ਗੱਲ ਜਿਹੜੀ ਹੋ ਗਈ ਆ ਜਿੰਨਾ ਕਾਂਗਰਸ ਦੀ ਬੜੀ ਜਿਹਨੂੰ ਕਹਿੰਦੇ ਆ ਕਿਰਕਿਰੀ ਹੋਈ ਆ ਉਹਨੂੰ ਹੁਣ ਟੱਕਣ ਲਪੇਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਪਰ ਇਹ ਜਿਹੜਾ ਹੈਗਾ ਆਪਸ 'ਚ ਜਿਹੜਾ ਕਾਟੋ ਕਲੇਸ਼ ਆ ਇਹ ਵਧਣ ਜਾ ਰਿਹਾ। 2018 ਦੀ ਗੱਲ ਕੀਤੀ ਜਾਵੇ, 2018 ਦੇ ਵਿੱਚ ਇੱਕ ਸੀਨੀਅਰ ਆਈ ਐੱਸ ਅਫਸਰ ਦਾ ਅਤੇ ਕੈਬਨਿਟ ਮੰਤਰੀ ਚਰਨਜੀਤ ਚੰਨੀ ਦਾ ਵੀ ਵਿਵਾਦ ਖੁੱਲ੍ਹ ਕੇ ਸਾਹਮਣੇ ਆਇਆ ਸੀਗਾ, ਇਸ ਤੋਂ ਬਾਅਦ ਮਾਫ਼ੀ ਮੰਗ ਕੇ ਇਸ ਨੂੰ ਖਤਮ ਕਰ ਦਿੱਤਾ ਗਿਆ। ਕਿਉਂਕਿ ਕੱਲ੍ਹ ਜਿਹੜੀ ਮਨੀਸ਼ਾ ਜਿਹੜੇ ਨੇ ਵੂਮਨ ਮਨੀਸ਼ਾ ਗੁਲਾਟੀ ਨੇ ਉਹਨਾਂ ਵੱਲੋਂ ਵੀ ਜਿਹੜੀ ਪ੍ਰੈਸ ਕਾਨਫਰੰਸ ਕਰਕੇ ਹਫ਼ਤੇ ਦਾ ਟਾਈਮ ਦਿੱਤਾ ਪੰਜਾਬ ਸਰਕਾਰ ਨੂੰ, ਨਹੀਂ ਤਾਂ ਕਾਰਵਾਈ ਜਿਹੜੀ ਹੈਗੀ ਹੈ ਜ਼ਰੂਰ ਕੀਤੀ ਜਾਏਗੀ, ਉਹ ਜਾਂ ਉਹ ਹੜਤਾਲ 'ਤੇ ਬਹਿ ਜਾਣਗੇ ਆ ਕੇ। ਇਸ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ, ਇੰਨੀ ਦੇਰ ਬਾਅਦ ਉਹਨਾਂ ਨੂੰ ਯਾਦ ਆਇਆ? ਹਾਂ ਬਿਲਕੁਲ ਜਿਹੜਾ ਵੀ ਬਗਾਵਤੀ ਸੁਰ ਨਿਕਲਦਾ ਆ ਉਹਨੂੰ ਖਤਮ ਕਰਨ ਲਈ ਦੱਬਣੇ ਲਈ ਕੈਪਟਨ ਦੀ ਸਰਕਾਰ ਜਿਹੜੀ ਆ ਉਹ ਆਪਣਾ ਉਹਦਾ ਸਟਾਈਲ ਵੀ ਆ ਬਦਲਾਖੋਰੀ ਦੀ ਰਾਜਨੀਤੀ, ਜਦੋਂ 2002 'ਚ ਵੀ ਕੈਪਟਨ ਸਾਹਿਬ ਬਣੇ ਸੀ ਉਦੋਂ ਬਾਦਲਾਂ ਨਾਲ ਲਈ ਸੀ, ਅੱਜ ਉਹੀ ਬਦਲਾਖੋਰੀ ਦੀ ਨੀਤੀ ਉਹ ਆਪਣੇ ਜਿਹੜੇ ਉਹਨਾਂ ਦੇ MLA ਆ ਜਾਂ ਮੰਤਰੀ ਆ ਜਿਹੜੇ ਉਹਨਾਂ ਦੇ ਕਿਸੇ ਅਨੁਸਾਰ ਨਹੀਂ ਚੱਲਦੇ ਜਾਂ ਉਹ ਕੋਈ ਆਪਣੀ ਗੱਲ ਕਰਨਾ ਚਾਹੁੰਦੇ ਆ ਜਾਂ ਆਪਣੇ ਬਰਡਨ ਟਾਲਣਾ ਚਾਹੁੰਦੇ ਆ ਕੈਪਟਨ 'ਤੇ ਪਾ ਕੇ, ਉਹ ਸੇਮ ਮੈਕਨਿਜ਼ਮ ਜਿਹੜਾ ਹੈ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਅਗੇਂਸਟ ਯੂਜ਼ ਕਰ ਰਿਹਾ। ਔਰ ਇਹਦਾ ਫਾਇਦਾ ਕੈਪਟਨ ਨੂੰ ਵੀ ਨਹੀਂ ਹੋਣਾ ਅਤੇ ਉਹਨਾਂ ਨੂੰ ਵੀ ਨਹੀਂ ਹੋਣਾ, ਕਾਂਗਰਸ ਨੂੰ ਇਹਦਾ ਬਹੁਤ ਵੱਡਾ ਨੁਕਸਾਨ ਹੈ।
अज की भी गल की जाए चरणजीत सैनी के घर मीटिंग चल रही है, प्रताप बाजवा मौजूद ने, सुखी रंधावा उत्थे मौजूद ने, प्रगट सिंह मौजूद है, किस तरह लग नहीं रहा पंजाब कैप्टन के खिलाफ लॉबी तैयार हो रही है, वह आने वाले दिन कांग्रेस धमाका जरूर होगा। देखो मैं तो शुरू से कहता कि कांग्रेस दो फाड़ हो जा रही है पंजाब के, इन्ने बुरे हालत बन चुके हैं और कैप्टन साहब न थां नहीं लभनी आने वाले इलैक्शन मूँह लुका की झूठिया सौह खाधिया जड़िया गुटका साहब दया वह भुगतनिया पैनिया है और लोगों ने बख्शना नहीं है, चाहे मुद्दा बेअदबी का बना के ढोंग रच रहा पर मुद्दे होर बहुत आ और सब तो वड्डा मुद्दा करप्शन का। दसू साहब जी गल की जाए पंजाब करप्शन की गल की है जो पंजाब बेअदबी की गल की है, साढ़े चार चार साल हो चुके, छे महीने बाद जो इलैक्शन होगी किस तरीके लगता है पंजाब की जी कांग्रेस सरकार द्वारा रिपीट कर पाएगी जो लोग चंदा कर देंगे? एक पैसे की डिवेलपमेंट नहीं की जी इन्होंने पंजाब कांग्रेस की सरकार ने, चाहे हुशियारपुर च मैं बैठा हाँ इतने भी कोई प्रोजेक्ट इन्होंने नहीं लिया है जिन्हों आप कह सके कि हुशियारपुर की डिवेलपमेंट हुई है, इतने पंजाब के पूरे दे चा साढ़े चार साल इन्होंने पूरे पंजाब के वेस्ट किए है गवाए है और बिल्कुल पंजाब नूं 15 साल इन्होंने पिछे कर दिता है, सो इन्हों आने वाले समय सरकार बनाने का मौका जनता नहीं देने वाली। तो सब आखिरी सवाल है किसानों की लोग किसान भी इस वक्त काफ़ी प्रोटेस्ट कर रहे हैं पंजाब के बाहर जाके दिल्ली के बॉर्डर से बैठे हुए हैं, कि लगता नहीं बीजेपी उन्होंने गल्ला मन के जरा बिल लैके वापस कर लेनी चाहिए ज उन्होंने अमेंडमेंट करने की उन्होंने सुननी चाहिए जो बार बार किसान कह रहे हैं? बीजेपी बिल्कुल सुन रही है उन्हों की और बीजेपी ने खुला सद्दा दिता भी तुम अपन प्रपोजल दो, तो 1.5 साल लिए बिल भी पेंडिंग कर दते हैं और सुप्रीम कोर्ट के बिच इंटरवेंशन ना किए है, पर जे मैं कह दवा कि कुछ लोग उदे बावजूद भी सिर्फ अपनी लीडरी चमकाने लिए किसानों को गुमराह करते हैं तो अत कथनी नहीं होनी चाहिए यह, क्योंकि किसान की गल सुनने सेंटर की गवर्नमेंट हमेशा तैयार रही है और उन्होंने कहा भी तुम कोई भी जड़िया सॉलिड प्रपोजल लैके आओ असं उत्ते विचार करके उस हिसाब से असं कानून के संशोधन भी करा किसानों के हित च करा। ਇਹ ਸਾਡੇ ਨਾਲ ਪੰਜਾਬ ਦੇ ਪੂਰਵ ਮੰਤਰੀ ਤਿਕਸ਼ਨ ਸਿੰਘ ਸੀਨੀਅਰ ਲੀਡਰ ਬੀਜੇਪੀ ਦਾ ਸਾਫ਼ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਕਾਂਗਰਸ ਸਰਕਾਰ ਕਿਸੇ ਨਾ ਕਿਸੇ ਦੋ ਫਾੜ ਹੋਣ ਜਾ ਰਹੀ ਹੈ ਔਰ ਵੱਡਾ ਧੜਾ ਨਿਕਲ ਕੇ ਜਿਹੜਾ ਕਾਂਗਰਸ ਦੇ ਖਿਲਾਫ਼ ਸਾਹਮਣੇ ਆਏਗਾ ਔਰ ਕਿਸਾਨਾਂ ਦੇ ਮੁੱਦੇ 'ਤੇ ਵੀ ਕਿਹਾ ਕਿ ਜੇ ਕਿਸਾਨਾਂ ਦੇ ਹੱਕ ਦੇ ਵਿੱਚ ਹੀ ਸੈਂਟਰ ਸਰਕਾਰ ਨੇ ਬਿੱਲ ਲਿਆਇਆ ਉਹਨਾਂ ਨਾਲ ਮੀਟਿੰਗ ਕਰ ਲੈਣੀ ਚਾਹੀਦੀ ਹੈ। ਹੁਸ਼ਿਆਰਪੁਰ ਤੋਂ ਕੈਮਰਾਮੈਨ ਪ੍ਰਿੰਸ ਦੇ ਨਾਲ ਅਭਿਸ਼ੇਕ ਭਾਟੀਆ ਸਾਂਝਾ ਟੀਵੀ। ਪਲੀਜ਼ ਸਬਸਕ੍ਰਾਈਬ ਆਵਰ ਚੈਨਲ ਐਂਡ ਪ੍ਰੈਸ ਦਾ ਬੈਲ ਆਈਕਨ ਤਾਂ ਕਿ ਕੋਈ ਵੀ ਨਵੀਂ ਅਪਡੇਟ ਤੁਸੀਂ ਬਿਲਕੁਲ ਵੀ ਮਿਸ ਨਾ ਕਰੋ।